ਹਾਂ ਨਾ ਜਾਗਰਾ ਭਲਾ ਤੇਰਾ ਪਿਓ ਕੀ ਕਰਦਾ? ਮੰਤਰੀ ਮੇਰਾ ਪਿਓ ਨਾ ਦਾਰਾ ਸੱਚ ਘੁਲਦਾ। ਅੱਛਾ, ਦਾਰਾ ਸਿਆਣਾ ਘੁਲਦਾ ਹੋਣਾ? ਨਾ ਨਾ ਨਾ, ਦਾਰਾ ਜੋ ਦਾਰਾ ਜੋ ਤਾਂ ਮੇਰੇ ਪਿਓ ਨੂੰ ਦੇਖ ਕੇ ਗਲੀ ਚ ਪਿਛਲ ਕੁਰੇ ਭੱਜ ਜਾਂਦਾ। ਅੱਛਾ, ਫਿਰ ਖੜੀ ਨਾ ਘੁਲਦਾ ਹੋਣਾ? ਨਾ ਨਾ ਨਾ, ਨਿੱਕੇ ਨਿੱਕੇ ਇਹ ਜੇ ਪੈਲ ਬੰਨਾ ਨਾ ਨਹੀਂ ਮੇਰਾ ਪਿਓ ਘੁਲਦਾ। ਮਰ ਜਾਣਿਆ ਫਿਰ ਹੋਰ ਕਿਹਦੇ ਨਾਲ ਘੁਲਦਾ? ਭੁੱਖ ਨੰਗ ਨਾ। ਅਮਲੀਆ, ਮੈਂ ਸੁਣਿਆ ਤੂੰ ਮੱਝ ਲੈ ਲਈ। ਹਾਂ ਮੰਤਰੀ, ਮੈਂ ਮੱਝ ਲੈ ਲਈ। ਤੈਨੂੰ ਪਤਾ ਵੀ ਅੱਜ ਕੱਲ ਨਕਲੀ ਘਿਓ, ਨਕਲੀ ਦੁੱਧ, ਨਕਲੀ ਮਤਲਬ ਸਾਰਾ ਕੁਝ ਹੀ ਨਕਲੀ ਆਉਂਦਾ। ਤੈਨੂੰ ਪਤਾ ਮੈਨੂੰ ਬਿਮਾਰੀਆਂ ਲੱਗ ਗਈਆਂ ਸੀ, ਤੇ ਫਿਰ ਮੈਂ ਪੈਸੇ ਲਾ ਹੀ ਦਿੱਤੇ। ਅੱਛਾ, ਕਿੰਨੇ ਕੁ ਦੀ ਲੈ ਲਈ? ਮੈਨੂੰ ਲੱਗਦਾ ਲੱਗ ਗਿਆ ਮੇਰਾ 80,000 ਰੁਪਇਆ ਲੱਗ ਗਿਆ। ਹੈ 80,000? ਹਾਂ। ਤੇ ਮਗਰ ਕੀ ਹੈ ਪੂਛ? ਉਹ ਬੰਤੀਏ, ਤੂੰ ਆ ਹੋਰ ਹੀ ਝੁਮਕੇ ਜੇ ਪਾਈ ਫਿਰਦੀ, ਘਪਰਾਉਂਦਾ ਜਾ ਟੌਰ ਕੱਢੀ ਆ, ਪਤਾ ਨਹੀਂ ਕਿੱਥੋਂ ਆਈ ਆ। ਤੂੰ ਮੇਰਾ ਪਤਾ ਹੀ ਨਹੀਂ ਲਿਆ? ਕਿਉਂ ਵੇ, ਕੀ ਲੈ? ਮੈਂ ਤਾਂ ਰੇਲ ਗੱਡੀ ਥੱਲੇ ਆ ਗਿਆ ਸੀ। ਹੈ ਫੇਰ? ਫੇਰ ਕੀ ਦੇਖ ਲਾ, 12 ਡੱਬੇ ਰੇਲ ਗੱਡੀ ਦੇ ਮੇਰੇ ਉੱਤੋਂ ਦੀ ਚਰ 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 ਕਰਕੇ ਲੰਘੇ। ਮੈਂ ਫੇਰ ਤੂੰ ਬਚਿਆ ਕਿਵੇਂ? ਮੈਂ ਪੁਲ ਥੱਲੇ ਖੜਾ ਸੀ। ਨਾ ਵੀ ਤੇਰੇ ਤਾਏ ਨੂੰ ਕੀ ਹੋ ਗਿਆ ਸੀ? ਉਹ ਬੰਚ ਕੇ ਢਿੱਲਾ ਹੋ ਗਿਆ ਸੀ, ਉਹ ਰਾਤ ਨੂੰ ਉਹਦੇ ਕੋਈ ਗੜਬੜ ਹੋ ਗਈ। ਅੱਛਾ। ਹਾਂ, ਤੇ ਫੇਰ ਉਹ ਡਾਕਟਰ ਦੇ ਲੈ ਗਏ। ਫੇਰ? ਫੇਰ ਕੀ, ਉਹ ਕਹਿੰਦੇ ਮੈਂ ਜਦੋਂ ਗਿਆ, ਮੈਂ ਕਿਹਾ ਦੂਜੇ ਦਿਨ ਮੈਂ ਕਿਹਾ ਮੈਂ ਪਤਾ ਲੈ ਕੇ ਆਵਾਂ। ਫੇਰ ਕੀ, ਫਿਰ ਉਹਨਾਂ ਦਾ ਸਾਰਾ ਟੱਬਰ ਉੱਥੇ ਬੈਠਾ ਵਿਹੜੇ ਦੇ ਵਿੱਚ। ਹਾਂ, ਤੇ ਮੈਂ ਜਵਾਕ ਨੂੰ ਪੁੱਛਿਆ, ਬਹੂਆਂ ਨੂੰ ਪੁੱਛਿਆ, ਉਹ ਮੁੰਡਾ ਵੱਡਾ ਕਹਿੰਦਾ ਕਹਿੰਦਾ ਬਾਈ ਕਹਿੰਦਾ ਅਸੀਂ ਤਾਂ ਸੇਵਾ ਬਹੁਤ ਕਰਦੇ ਆ। ਹਾਂ, ਕਹਿੰਦਾ ਜਦੋਂ ਸਾਨੂੰ ਰਾਤ ਨੂੰ ਪਤਾ ਲੱਗਿਆ, ਅਸੀਂ ਚੱਕਿਆ ਮੰਜਾ ਬਾਪੂ ਦਾ DMC 'ਚ ਲੈ ਕੇ, ਕਹਿੰਦਾ ਉਹ ਕਹਿੰਦੇ ਵੀ ਨਹੀਂ ਸਾਡੇ ਤਾਂ ਬੱਸ ਦਾ ਰੋਗ ਨਹੀਂ। ਕਹਿੰਦਾ ਹੁਣ ਉੱਥੋਂ ਚੱਕਿਆ ਮੰਜਾ CMC 'ਚ ਲੈ ਕੇ, ਉਹ ਕਹਿੰਦੇ ਜੀ ਸਾਡੇ ਬੱਸ ਦਾ ਰੋਗ ਨਹੀਂ। ਕਹਿੰਦਾ ਅਸੀਂ ਚੱਕਿਆ ਮੰਜਾ PGI 'ਚ ਲੈ ਕੇ। ਅੱਛਾ, ਫੇਰ? ਫੇਰ ਕਿ, ਮੈਂ ਆਖਿਆ, ਮੈਂ ਕਿਹਾ ਇਵੇਂ ਕਹਿ ਦਿੰਦੇ ਆ ਵੀ ਸੇਵਾ ਨਹੀਂ ਕਰਦੇ। ਮੈਂ ਕਿਹਾ ਹੁਣ ਆਇਆ ਤਾਂ ਮੈਂ ਹੈਗਾ ਹੀ ਹਾਂ, ਮੈਂ ਕਿਹਾ ਮੈਂ ਤਾਏ ਨੂੰ ਵੀ ਮਿਲਣਾ, ਵੀ ਕੀ ਪਤਾ ਮੈਥੋਂ ਆਇਆ ਜਾਵੇ ਕਿ ਨਾ ਮੁੜ ਕੇ। ਮੈਂ ਕਿਹਾ ਤਾਇਆ? ਕਹਿੰਦਾ ਹਾਂ। ਮੈਂ ਕਿਹਾ ਤੂੰ ਕਹਿ ਦੇ ਨਾ ਮੁੰਡੇ ਮੇਰੀ ਸੇਵਾ ਨਹੀਂ ਕਰਦੇ, ਤੇ ਵੇਖ ਲਾ ਤੈਨੂੰ ਕਿਵੇਂ ਲਈ ਫਿਰਦੇ ਰਹੇ। ਅੱਛਾ, ਫੇਰ ਕੀ ਕਹਿੰਦਾ? ਫੇਰ ਕੀ ਕਹਿੰਦਾ? ਕਹਿੰਦਾ ਸਾਲੇ ਤੇਰੇ ਵਰਗੇ ਇਹ ਆ। ਕਿਉਂ? ਹਾਂ, ਕਹਿੰਦਾ ਮੈਨੂੰ ਤਾਂ ਕਹਿੰਦਾ ਘਰੇ ਛੱਡ ਕੇ ਇਕੱਲਾ ਮੰਜਾ ਹੀ ਲਈ ਫਿਰਦੇ ਰਹੇ।